ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਵਿਖੇ ਦਿਨ ਦਿਹਾੜੇ ਡਕੈਤੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸ਼ਾਰਪੁਰ ਰੋਡ ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਚੋਂ 5 ਨੌਜਵਾਨ ਪਿਸਤੌਲ ਦੀ ਨੋਕ ਤੇ ਪੌਣੇ 8 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਆਰੋਪੀਆਂ ਦਾ ਇੱਕ ਸਾਥੀ ਪਹਿਲਾਂ ਬੈਂਕ 'ਚ ਦਾਖਲ ਹੋਇਆ ਅਤੇ ਮੌਕਾ ਦੇਖਦੇ ਹੀ ਉਸ ਦੇ 4 ਹੋਰ ਸਾਥੀ ਬੈਂਕ ਅੰਦਰ ਆ ਗਏ, ਜਿਨ੍ਹਾਂ ਨੇ ਹਥਿਆਰਾਂ ਦੇ ਬਲ ਤੇ ਬੈਂਕ ਕਰਮਚਾਰੀਆਂ ਨੂੰ ਡਰਾ ਧਮਕਾ ਕੇ ਬੈਂਕ 'ਚ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਸਮੇਂ ਬੈਂਕ ਵਿੱਚ 10 ਗ੍ਰਾਹਕ ਵੀ ਮੌਜੂਦ ਸਨ, ਜਿਨ੍ਹਾਂ ਦੇ ਆਰੋਪੀਆਂ ਨੇ ਪਹਿਲਾਂ ਤਾਂ ਮੋਬਾਈਲ ਫੋਨ ਖੋਲ੍ਹੇ ਅਤੇ ਬਾਅਦ ਵਿੱਚ ਜਾਣ ਲੱਗੇ ਉਹਨਾਂ ਦੇ ਮੋਬਾਈਲ ਵਾਪਸ ਕਰ ਗਏ। ਇਕਦਮ 12:10 ਤੇ ਆਏ ਹੈ। ਅੱਛਾ ਜੀ, ਕਿੰਨੇ ਲੋਕ ਸੀ 12:10 ਤੇ ਆਏ? ਪੰਜ ਬੰਦੇ। ਕੀ ਨਕਾਬ ਸੀ, ਮੂੰਹ ਬੰਦ ਸੀ ਜਾਂ ਖੁੱਲ੍ਹੇ ਸੀ? ਨਹੀਂ, ਖੁੱਲ੍ਹੇ ਸੀ, ਮੂੰਹ ਰਿਵਾਲਵਰ ਸਾਰਿਆਂ ਕੋਲ ਸੀ। ਜਦੋਂ ਅੰਦਰ ਬੈਂਕ ਦੇ ਵਿੱਚ ਐਂਟਰੀ ਹੋਈ, ਕੀ ਰਿਵਾਲਵਰ ਉਹਨਾਂ ਦੇ ਹੱਥ ਦੇ ਵਿੱਚ ਸੀ? ਰਿਵਾਲਵਰ ਸਾਡਿਆਂ ਨੂੰ ਸਿੱਧੀ ਕਰਕੇ ਗਾਹਾਂ ਕਢਾਉਣਾ ਸਾਰਿਆਂ ਕੋਲ, ਅਸੀਂ ਦੇਖ ਕੇ ਭਰਾ ਗਏ ਜਦ ਸਾਡਿਆਂ ਨੂੰ ਇੱਥੇ ਗੋਲੀਆਂ ਮਾਰ ਦੇਣ। ਤੇ ਕੀ ਤੁਹਾਡਾ ਸਿਕਿਉਰਿਟੀ ਗਾਰਡ ਮੁਖੀ ਦਾ ਮੌਜੂਦ ਸੀ? ਨਹੀਂ, ਬੈਂਕ ਦੇ ਕੋਲ ਸਿਕਿਉਰਿਟੀ ਗਾਰਡ ਹੈ ਨਹੀਂ? ਨਹੀਂ। ਤੇ ਕਿੰਨਾ ਕੁ ਕੈਸ਼ ਜਿਹੜਾ ਲੈ ਕੇ ਗਿਆ ਮੁਖੀ? 770 760 ਦੇ 760 ਬਾਹਰ ਲਿਆ ਟਰੰਕ ਇੱਥੇ ਜਿਹੜਾ ਦਿਨ ਦਿਹਾੜੇ ਡਾਕਾ ਪਿਆ, ਕੀ ਕਾਰਨ ਹੈ? ਇੱਕ ਤੁਹਾਡੇ ਕੋਲ ਸਿਕਿਉਰਿਟੀ ਗਾਰਡ ਦੀ ਜਿਹੜੀ ਪ੍ਰਪੋਜ਼ਲ ਨਹੀਂ ਹੈ, ਕਿਉਂ? ਸਿਕਿਉਰਿਟੀ ਗਾਰਡ ਸਾਡੇ ਵੱਡੇ ਦਫ਼ਤਰ ਵਾਲੇ ਚਲਾਉਂਦੇ ਸਰ। ਸਰ, ਕਿੰਨੇ ਦਾ ਨੁਕਸਾਨ ਹੋਇਆ ਤੁਹਾਡੀ ਬੈਂਕ ਦੇ? ਕਿੰਨੇ ਦੀ ਲੁੱਟ ਹੋ ਗਈ? 8:45 ਦੇ ਵਿਚਕਾਰ ਹੋਈ। ਤੇ ਕਿੰਨੇ ਕੁ ਨੌਜਵਾਨ ਸੀ ਜਿਹੜਾ ਆਏ ਆ? 4-5 ਸੀ। ਤੇ ਕੀ ਬੈਂਕ ਦੇ ਵਿੱਚ ਸੀਸੀ ਕੈਮਰੇ ਲੱਗੇ ਹੋਏ ਆ? ਤੇ ਜਦੋਂ ਉਹ ਆਏ ਆ, ਕੀ ਮੂੰਹ ਉਹਨਾਂ ਦੇ ਬੰਦ ਸੀ ਜਾਂ ਖੁੱਲ੍ਹੇ ਸੀ? ਮੂੰਹ ਖੁੱਲ੍ਹੇ ਹੀ ਸੀਗੇ। ਤੇ ਕੀ ਮੌਕੇ ਤੇ ਕੋਈ ਸੀਸੀ ਕੈਮਰੇ ਫੁਟੇਜ ਉਹਨਾਂ ਦੀ ਆਈ ਹੋਈ ਹੈ? ਮਿਸਲ ਆਈ ਹੋਏਗੀ ਪੁਲਿਸ ਵਾਲੇ ਦੀ ਵੀ ਆ। ਜਦੋਂ ਅੰਦਰ ਐਂਟਰੀ ਕੀਤੀ, ਤੁਸੀਂ ਉਹ ਕਿੱਥੇ ਸੀ? ਮੈਂ ਇੱਥੇ। ਅੱਛਾ, ਬਸ ਤੁਹਾਡੇ ਵੱਲ ਵੀ ਆਇਓ? ਮੇਰੇ ਵੱਲ। ਅੱਛਾ, ਕੀ ਕਿਹਾ ਤੁਹਾਨੂੰ ਆਉਣ ਆ ਗਈ? ਬਸ ਉਹ ਦੋ ਬੰਦੇ ਆਏ ਤੇ ਦਰਾਜ ਖੋਲੇ, ਪੈਸੇ ਕਿੱਥੇ ਹੈ? ਮੈਨੂੰ ਇਥੋਂ ਪਕੜ ਕੇ ਇੱਥੇ ਖੜਾ ਕਰਕੇ ਤਾਂ ਪਿਸਤੌਲ ਦਿਖਾ ਕੇ ਤੇ ਤਾਂ ਮੈਨੂੰ ਉੱਥੇ ਲੈ ਗਏ। ਤੇ ਜਦੋਂ ਬੈਂਕ ਦੇ ਵਿੱਚ ਲੁੱਟ ਹੋਈ ਹੈ, ਮੌਕੇ ਤੇ ਕੋਈ ਗ੍ਰਾਹਕ ਹੈਗੇ ਸੀ? ਕਿੰਨੇ ਕੁ ਗ੍ਰਾਹਕ ਸੀ? 7-8 ਗ੍ਰਾਹਕ ਸੀ। ਤੇ ਕੀ ਫੋਨ ਫਾਨ ਦਾ ਮਾਮਲਾ ਵੀ ਇੱਕ ਸਾਹਮਣੇ ਆ ਰਿਹਾ, ਤੇ ਕੀ ਫੋਨ ਵਗੈਰਾ ਤੁਹਾਡੇ ਉਹਨਾਂ ਨੇ ਖੋਲੇ ਸੀ? ਜਿਹੜੇ ਕਸਟਮਰ ਸੀਗੇ ਮੇਰੇ ਖਿਆਲ ਉਹਨਾਂ ਦੇ ਫੋਨ ਉਹਨਾਂ ਨੇ ਲੈ ਲਏ ਸੀ, ਜਾਣ ਲੱਗੇ ਦੇ ਗਏ ਸੀ। ਤੁਹਾਡਾ ਫੋਨ ਉਹਨਾਂ ਲਿਆ ਸੀ ਕਿ ਨਹੀਂ? ਨਹੀਂ, ਮੈਨੂੰ ਤਾਂ ਇੱਥੋਂ ਫੜ ਕੇ ਇੱਥੇ ਲੈ ਗਏ ਨਾ। ਤੇ ਸਾਰੀ ਵਾਰਦਾਤ ਨੂੰ ਕਿੰਨੇ ਕੁ ਟਾਈਮ ਦੇ ਵਿੱਚ ਉਹਨਾਂ ਅੰਜਾਮ ਦਿੱਤਾ? ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜਾ ਦਿਨ ਦਿਹਾੜੇ ਜਿਹੜਾ ਡਾਕੇ ਦਾ ਮਾਮਲਾ ਸਾਹਮਣੇ ਆਇਆ, ਕੀ ਤੁਹਾਡੀ ਜਾਂਚ ਦੀ ਵਿੱਚ? 5 ਬੰਦੇ ਆਏ ਜੀ, 12 ਵਜੇ ਦੇ ਕਰੀਬ 5 ਵਿਅਕਤੀ ਆਏ ਜਿਨ੍ਹਾਂ ਕੋਲ ਹਥਿਆਰ ਸੀਗੇ। ਤਕਰੀਬਨ 7.5-8 ਲੱਖ ਦੇ ਵਿੱਚ ਜਿਹੜਾ ਰੁਪਿਆ ਹੈ ਇੱਥੋਂ ਉਹ ਲੈ ਗਏ ਆ, ਔਰ ਅਸੀਂ ਹੁਣ ਇਹਨਾਂ ਨੂੰ ਫੜਾਂਗੇ ਜੀ। ਫੜ ਕੇ ਜੋ ਇਹਨਾਂ ਦਾ ਕਾਨੂੰਨ ਮੁਤਾਬਕ ਹੈ ਇਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ, ਔਰ ਅਸੀਂ ਵਿਲ ਬੀ ਏਬਲ ਟੂ ਟ੍ਰੇਸ ਦਿਸ। ਸਿਕਿਉਰਿਟੀ ਗਾਰਡ ਦਾ ਮਾਮਲਾ ਹੈ ਤੁਹਾਨੂੰ ਵੀ ਨਹੀਂ ਹੈ? ਸਿਕਿਉਰਿਟੀ ਗਾਰਡ ਦਾ ਜੀ, ਦੇਖੋ ਕਈ ਵਾਰੀ ਅਸੀਂ ਬੈਂਕਸ ਨੂੰ ਰਿਕੁਐਸਟ ਕਰ ਚੁੱਕੇ ਹਾਂ, ਮੀਟਿੰਗਾਂ ਕਰ ਚੁੱਕੇ ਹਾਂ ਵੀ ਹਰ ਜਗ੍ਹਾ ਸਿਕਿਉਰਿਟੀ ਗਾਰਡ ਜ਼ਰੂਰ ਰੱਖੋ, ਕਿਉਂਕਿ ਸਿਕਿਉਰਿਟੀ ਗਾਰਡ ਲਾਜ਼ਮੀ ਆ ਜਿੱਥੇ ਫਾਈਨੈਂਸ਼ੀਅਲ ਇੱਦਾਂ ਦੀ ਇੰਸਟੀਟਿਊਸ਼ਨ ਹੁੰਦੇ ਆ। ਬਟ ਸਮ ਹਾਓ ਸਾਰੀਆਂ ਬੈਂਕਸ ਨਹੀਂ ਰੱਖੇ ਜਾ ਰਹੇ। ਸਰ, ਇੱਕ ਵਾਰ ਇੱਥੇ ਪਹਿਲਾਂ ਵੀ ਚੋਰੀ ਹੋ ਚੁੱਕੀ ਸੀ ਬੈਂਕ ਦੇ ਵਿੱਚ? ਇਸ ਬੈਂਕ 'ਚ? ਹਾਂਜੀ, ਬੈਂਕ 'ਚ ਚੋਰੀ ਹੋਈ ਸੀ, ਉਹਦੇ ਵੀ ਸਿਕਿਉਰਿਟੀ ਗਾਰਡ ਨਹੀਂ ਸੀ, ਮਤਲਬ ਇਹ ਨਾ ਤੇ ਵੀ ਕੋਈ ਐਕਸ਼ਨ ਲਿਆ ਜਾਏਗਾ ਉਸ ਬੈਂਕ ਦੇ? ਨਹੀਂ, ਹਲੇ ਮੈਂ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਜੀ। ਪਹਿਲਾਂ ਤਾਂ ਸਾਡਾ ਇਹ ਫਰਜ਼ ਆ, ਅਸੀਂ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਔਰ ਉਹਨਾਂ ਨੂੰ ਸਜ਼ਾ ਦੇਈਏ। ਬਾਕੀ ਅਸੀਂ ਬੈਂਕਸ ਦੇ ਜਿਹੜੇ ਹਾਈ ਅਪਸ ਇਹਨਾਂ ਨਾਲ ਮੀਟਿੰਗ ਕਰਦੇ ਰਹਿੰਦੇ, ਅਸੀਂ ਦੁਬਾਰਾ ਟੇਕਅਪ ਕਰਾਂਗੇ। ਇੱਥੇ ਸਿਕਿਉਰਿਟੀ ਗਾਰਡ ਜ਼ਰੂਰ ਰੱਖਿਆ ਜਾਵੇ। ਕਿੰਨੇ ਬੰਦਿਆਂ ਕੋਲ ਉਹਨਾਂ ਨੇ ਵੈਪਨ ਦੱਸੇ? 5 ਬੰਦਿਆਂ ਕੋਲ।
ਸਰ ਸੀਸੀਟੀਵੀ ਵਿੱਚ ਕੈਦ ਹੋਏ ਆ ਬੰਦੇ? ਮੈਂ ਹੁਣ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ, ਮੈਂ ਨਹੀਂ ਚਾਹੂੰਗਾ ਵੀ ਇੱਥੇ ਅਸੀਂ ਲੀਕ ਕਰੀਏ। ਠੀਕ ਹੈ ਜੀ, ਡੀਵੀਆਰ ਆਪਣੇ ਕਬਜ਼ੇ 'ਚ ਆ ਗਿਆ ਜੀ। ਮੈਂ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ। ਮੈਂ ਤਾਂ ਤੁਹਾਨੂੰ ਇੰਨਾ ਸ਼ੋਰ ਦਵਾਉਣਾ ਵੀ ਅਸੀਂ ਜਲਦੀ ਤੋਂ ਜਲਦੀ ਨਾਲ ਫੜਨ 'ਚ ਕਾਮਯਾਬ ਹੋ ਜਾਵਾਂਗੇ ਔਰ ਛੇਤੀ ਹੀ ਅਸੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਇਹਦੇ ਬਾਰੇ। ਹੈਰਾਨੀ ਦੀ ਗੱਲ ਇਹ ਰਹੀ ਕਿ ਬੈਂਕ 'ਚ ਕੁਝ ਸਮਾਂ ਪਹਿਲਾਂ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਵੀ ਬੈਂਕ 'ਚ ਸੁਰੱਖਿਆ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ। ਜੇਕਰ ਆਰੋਪੀਆਂ ਵੱਲੋਂ ਬੈਂਕ 'ਚ ਮੌਜੂਦ ਬੈਂਕ ਕਰਮਚਾਰੀਆਂ ਜਾਂ ਕਿਸੇ ਗ੍ਰਾਹਕ ਦੀ ਜਾਨ ਲੈ ਲਈ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਆਖਿਰ ਕੌਣ ਹੁੰਦਾ? ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਬੈਂਕ ਖਿਲਾਫ਼ ਵੀ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ। ਫਗਵਾੜਾ ਤੋਂ ਮੁਨੀਸ਼ ਚੱਡਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।